बिस्मिल्लाह रहमान रहीम अस्सलाम वालेकुम सारे दोस्तों ਨੂੰ ਬਾਰਡਰ ਦੀ ਸੈਰ ਕਰਾਵਾਂਗੇ ਸਾਡੇ ਪਿੰਡ ਤੋਂ 3 ਕਿਲੋਮੀਟਰ ਦੂਰ ਹੈ ਐ ਦਰਿਆਏ ਰਾਵੀ ਹੈ ਬਾਅਦ ਇਥੋਂ ਹੀ ਬਾਹਰ ਲੰਘਣਾ ਹੈ ਉਹ ਕਸ਼ਤੀ ਉਧਰੋਂ ਭਾਈ ਆਉਂਦੇ ਨੇ ਉਸ ਤਰਫੋਂ ਉਹ ਬਹਿੰਦੇ ਨੇ ਉਧਰੋਂ ਫਿਰ ਲੱਦ ਕੇ ਮੋਟਰਸਾਈਕਲ ਆਉਣਗੇ ਇੱਧਰ ਫਿਰ ਇੱਧਰੋਂ ਅਸੀਂ ਬਹਿ ਕੇ ਜਾਵਾਂਗੇ ਤੁਹਾਨੂੰ ਦਿਖਾਵਾਂਗੇ ਉੱਥੋਂ ਬਾਰਡਰ ਉਹ ਕਸ਼ਤੀ ਆ ਰਹੀ ਹੈ ਠੀਕ ਹੈ ਹੁਣ ਅੱਧ 'ਚ ਆ ਗਈ ਅਸੀਂ ਵੀ ਚੱਲੇ ਹਾਂ ਉਨੀ ਦਿਨ ਪਹੁੰਚ ਜਾਣਾ ਸਾਡੀ ਵੀ ਮੋਟਰਸਾਈਕਲ ਉਹ ਖੜੀ ਹੈ ਉੱਥੇ ਇੱਥੇ ਦੋ ਤਿੰਨ ਨੇ ਵੱਡੇ ਇੱਕ ਇੱਧਰ ਕਸ਼ਤੀਆਂ ਤਿੰਨ ਚਾਰ ਉੱਧਰ ਖਲੋਤੀਆਂ ਨੇ ਅਤੇ ਉਹ ਦਾਣੇ ਲਿਆਉਂਦੇ ਨੇ ਪਾਰੋਂ ਹੈ ਹੁਣ ਅਸੀਂ ਉਲੀ ਸਾਈਡ 'ਤੇ ਆ ਗਏ ਹਾਂ ਤਾਂ ਹੁਣ ਅਸੀਂ ਜਾ ਰਹੇ ਹਾਂ ਗਾਂਹ ਠੀਕ ਹੈ ਬੜੀ ਪੁੱਛਤਾਛ ਹੋਈ ਹੈ ਉਹਨਾਂ ਫਿਰ ਅੱਗੇ ਸਾਨੂੰ ਦਿੱਤਾ ਹੁਣ ਜਾਣ ਹੀ ਨਹੀਂ ਦਿੰਦੇ ਠੀਕ ਹੈ ਫਿਰ ਉਹਨਾਂ ਨੂੰ ਕਾਲ ਕਲਾਈ ਹੈ ਫਿਰ ਉਹਨਾਂ ਅੱਗੇ ਆਣ ਦਿੱਤਾ ਕਿਉਂਕਿ ਸਾਡੇ ਦੋਸਤ ਨੇ ਉਹਨਾਂ ਦਾ ਇੱਥੇ ਡੇਰਾ ਉਹਨਾਂ ਨੂੰ ਕਾਲ ਕੀਤੀ ਫਿਰ ਉਹਨਾਂ ਨੇ ਕਿਹਾ ਠੀਕ ਹੈ ਆਪਣੇ ਬੱਚੇ ਨੇ ਆਉਂਦੇ ਹੋ ਅਤੇ ਅਸੀਂ ਆ ਰਹੇ ਹਾਂ ਅਤੇ ਇਹ ਇੱਧਰ ਸਾਰਾ ਜੰਗਲ ਹੁੰਦਾ ਸੀ ਆ ਲੋਕਾਂ ਹੁਣ ਪੈਲੀ ਬਣਾ ਕੇ ਬੀਜੀ ਆ ਕਣਕ ਬੀਜੀ ਆ ਠੀਕ ਉਸ ਤੋਂ ਬਾਅਦ ਇਹ ਇੱਧਰ ਦਰਿਆ ਹੈ ਇਹ ਦਰਿਆਏ ਰਾਵੀ ਹੈ ਬੜਾ ਵੱਡਾ ਦਰਿਆਏ ਰਾਵੀ ਹੈ ਠੀਕ ਹੈ ਇਹ ਕਿਹੜੀ ਕਣਕ ਇੱਥੇ ਬੀਜੀ ਕਿਤੋਂ ਜ਼ਿਆਦਾ ਪਾਣੀ ਆ ਜਾਂਦਾ ਉਦੋਂ ਇੱਥੇ ਵੀ ਪਾਣੀ ਹੁੰਦਾ ਇਸ ਜਗ੍ਹਾ 'ਤੇ ਵੀ ਕਿਤੋਂ ਜ਼ਿਆਦਾ ਪਾਣੀ ਆ ਜਾਂਦਾ ਦਰਿਆ 'ਚ ਕਿਤੇ ਵੀ ਨਿਗਾਹ 'ਤੇ ਪਾਣੀ ਛੱਡ ਦਿੰਦੇ ਨੇ ਉਸ ਉਦੋਂ ਇੱਥੇ ਵੀ ਪਾਣੀ ਹੁੰਦਾ ਹੁਣ ਅਸੀਂ ਜਾ ਰਹੇ ਹਾਂ ਠੀਕ ਹੈ ਇੱਧਰ ਇੱਕ ਦਰਬਾਰ ਹੈ ਉਹ ਵੀ ਤੁਹਾਨੂੰ ਦਰਬਾਰ ਵੀ ਇੱਥੇ ਵਿਖਾਵਾਂਗੇ ਬੜੀ ਬੜੀ ਦੂਰੋਂ ਲੋਕ ਆਉਂਦੇ ਨੇ ਇਸ ਦਰਬਾਰ ਦੇ ਉੱਤੇ ਮੇਲਾ ਲੱਗਦਾ ਮੇਲੇ 'ਤੇ ਆਉਂਦੇ ਨੇ ਬੜੀ ਬੜੀ ਦੂਰੋਂ ਲੋਕ ਇਹ ਦਰਬਾਰ ਇੱਥੇ ਵੀ ਬੜੇ ਲੋਕ ਆਉਂਦੇ ਨੇ ਮੇਲੇ 'ਤੇ ਇੱਥੇ ਮੇਲਾ ਲੱਗਦਾ ਬੜੀ ਬੜੀ ਦੂਰੋਂ ਲੋਕ ਆਉਂਦੇ ਨੇ ਉਹ ਵੀ ਮੇਲਾ ਕਿਤੋਂ ਹੋਏਗਾ ਉਹ ਵੀ ਤੁਹਾਨੂੰ ਵਿਖਾਵਾਂਗੇ ਬੰਦਾ ਇੱਕ ਘਲਾਇਆ ਠੀਕ ਹੈ ਉਹ ਕਹਿੰਦਾ ਜਾ ਕੇ ਉੱਥੇ 30 ਅਤੇ 10 ਦੇ ਸਾਡੇ ਮਹਿਮਾਨ ਨੇ ਬਸ ਉਹ ਸਾਹਮਣੇ ਬਾਰਡਰ ਉਹ ਦਰਵਾਜ਼ਾ ਲੱਗ ਜੇ ਤਾਰ ਦੋ ਹੈ ਉਹ ਇੱਕ ਇਸ ਤਰਫ ਹੈ ਇੱਕ ਦੂਸਰੀ ਤਰਫ ਦੋ ਲੱਗੀਆਂ ਇਕੱਠੀਆਂ ਤਾਰ ਸਾਡੇ ਵੀ ਕਿਵੇਂ ਸਾਡਾ ਪਿੰਡ ਹੈ ਇੱਧਰ ਦੂਰ ਹੈ ਜੇ ਉਹਨਾਂ ਦੇ ਵੀ ਇੱਧਰ ਪਿੰਡ ਦੂਰ ਹੀ ਹੋਣੇ ਉਹ ਕਿਹੜੀ ਸਰ ਲਾਈਟ ਲੱਗੀ ਆ ਸਾਹਮਣੇ ਖੰਭਾ ਜਿਹਾ ਲੱਗਾ ਉਹ ਸਾਹਮਣੇ ਉਹਨਾਂ ਦਾ ਟ੍ਰਾਂਸਫਾਰਮ ਤੇ ਜੋ ਵੀ ਦੂਰੋਂ ਨਜ਼ਰ ਆਉਂਦੇ ਆ ਟਰਬਾਈਨ ਵਾਸਤੇ ਲਾਇਆ ਨਾ ਡਬਲ ਜਾਲੀ ਲੱਗੀ ਆ ਉਸਕੇ ਨੀਚੇ ਸੇ ਨਾ ਹੀ ਕੋਈ ਪਰਿੰਦਾ ਆ ਸਕਦਾ ਤੇ ਨਾ ਹੀ ਜਾ ਸਕਦਾ ਆਪ ਬਾਹਰ ਲਿਆਤੇ ਆ ਨਾ ਉਹ ਦਰਵਾਜ਼ੇ ਕੀ ਤਰ੍ਹਾਂ ਅੰਦਰ ਸੇ ਆ ਜਾਂਦੇ ਅੱਗੇ ਨੂੰ ਕਾਢੇ ਕੁੱਢੇ ਨੇ ਜ਼ਿਮੀਦਾਰ ਆਉਂਦੇ ਹੁੰਦੇ ਨੇ ਉਦੋਂ ਦਰਵਾਜ਼ਿਆਂ ਥਾਣੀ ਬਾਹਰ ਲੈ ਆਸਣੀਆਂ ਨੇ ਕੋਈ ਹਿੰਨੀ ਸ਼ੇਰ ਇੰਝ ਉੱਧਰੋਂ ਆ ਜਾਂਦੇ ਨੇ ਕਈਆਂ ਨੇ ਥੱਲੋਂ ਦੀ ਗਿਆ ਜਾਲੀ ਹੈ ਨਾ ਖੁੱਡ ਮਾਰ ਲੈਂਦੀ ਫਿਰ ਉੱਥੋਂ ਬਾਹਰ ਲੈ ਆ ਹਾਂਜੀ ਉਹਦੇ ਥੱਲੋਂ ਦੀ ਬਾਹਰ ਲੈ ਗਿਆ ਹੋ ਜਾਂਦੇ ਉਹ ਵੇਖਣ ਨਹੀਂ ਦਿੰਦੇ ਆ ਕਿਉਂਕਿ ਵੀਡੀਓ ਬਣਾਉਣਾ ਅਲਾਓ ਨਹੀਂ ਹੈ ਇਸ ਵਜ੍ਹਾ ਤੋਂ ਵੀਡੀਓ ਨਹੀਂ ਬਣਾ ਦਿੰਦੇ ਸਾਨੂੰ ਇੱਥੋਂ ਉਹਨਾਂ ਦਾ ਨਾ ਖੰਭਾ ਦਿਖਾਉਂਦੇ ਆ ਉਹ ਖੰਭਾ ਹੈ ਉਹ ਵੇਖੋ ਕਲੋਜ਼ ਕਰਕੇ ਤੁਹਾਨੂੰ ਦਿਖਾਉਂਦੇ ਆ ਉੱਤੇ ਲੱਗਾ ਖੰਭਾ ਮੈਂ ਉਹ ਸਾਹਮਣੇ ਹੁੰਦੀ ਆ ਠੀਕ ਹੈ ਦਰਖਤ ਨੇ ਇੱਥੋਂ ਉਹ ਤਾਰਾਂ ਉਹਨਾਂ ਦੀਆਂ ਨਜ਼ਰ ਆਉਂਦੀਆਂ ਹੋਣੀਆਂ ਨੇ ਕਲੋਜ਼ ਕਰਕੇ ਆ ਵੇਖੋ ਜਰਾ ਇਹ ਤਾਰਾਂ ਉਹਨਾਂ ਦਾ ਬਾਰਡਰ ਹੈ ਇਹ ਵੇਖੋ ਆ ਬੇਰੀ ਹੈ ਛੋਟੀ ਜਿਹਨੂੰ ਮਾਸ਼ਾਅੱਲਾ ਬੇਰ ਕਿੰਨੇ ਜ਼ਿਆਦਾ ਲੱਗੇ ਨੇ ਇਹ ਛੋਟੇ ਛੋਟੇ ਨੇ ਬੇਰ ਇਹਨੂੰ ਕਿੰਨੇ ਜ਼ਿਆਦਾ ਲੱਗੇ ਨੇ ਹਜੇ ਕੱਚੇ ਨੇ ਠੀਕ ਹੈ ਵਿੱਚ ਵਿੱਚ ਪੱਕਾ ਕੋਈ ਯਾਰ ਕੋਈ ਮਿੱਠੇ ਵੀ ਨੇ ਪੱਕਾ ਬੇਰ ਡੇਰੇ 'ਤੇ ਮੱਝਾਂ ਰੱਖੀਆਂ ਨੇ ਠੀਕ ਹੈ ਇਹ ਇੰਡੀਆ ਦਾ ਸਾਡਾ ਜਿਹੜਾ ਨਾ ਇੰਡੀਆ ਦੇ ਲਾਗੇ ਆਖਲਾ ਡੇਰਾ ਸਾਡਾ ਠੀਕ ਹੈ ਇਹ ਥੱਲੇ ਡੰਗਰ ਡੁੰਗਰ ਬੰਨਦੇ ਨੇ ਢਾਰਿਆਂ 'ਚ
ਤੇ ਉੱਪਰ ਕੌਣ ਸਾ ਆਪਣਾ ਸਾਊਂਡ ਸੁਣ ਵਾਲਾ ਮੈਂ ਸਿਸਟਮ ਰੱਖਿਆ ਮੈਂ ਵੇਖੋ ਮੈਂ ਬੈਠ ਕੇ ਠੀਕ ਹੈ ਉਸ ਤੋਂ ਬਾਅਦ ਇਹ ਚੀਜ਼ਾਂ ਬੈਟਰੀ UPS ਲੱਗਿਆ ਸਾਰਾ ਕੁਛ ਇਹ ਕਮਰਾ ਉਹਨਾਂ ਦਾ ਇੱਥੇ ਡੇਰੇ ਦੇ ਠੀਕ ਹੈ ਉਸ ਤੋਂ ਬਾਅਦ ਲਾਗੇ ਵੀ ਡੇਰੇ ਨੇ ਦੋ ਤਿੰਨ ਨੇ ਡੇਰੇ ਠੀਕ ਹੈ ਉਹ ਵੇਖੋ ਦੋ ਤਿੰਨ ਨੇ ਡੇਰੇ ਉਸ ਤੋਂ ਅੱਗੇ ਬਾਰਡਰ ਹੀ ਹੈ ਇਹ ਦੋ ਤਿੰਨ ਡੇਰੇ ਨੇ ਉਸ ਤੋਂ ਬਾਅਦ ਇਹ ਬਾਰਡਰ ਹੀ ਆ ਵੇਖੋ ਨਾ ਉਹ ਬਾਰਡਰ ਦੇ ਸਾਹਮਣੇ ਆ ਡੇਰੇ ਇੱਥੇ ਆ ਹੀ ਨਹੀਂ पाकिस्तान का झंडा भी लाया झंडा भी छाते लाया ठीक है गर्मी तो ज्यादा सर्दी हो जाती उदो इतने अंदर डंगर बांध देंगे ऐसा धारा है रात में इतने डंगर बांध देंगे छोटे बच्चों के अंदर रखे होगा रखे ठीक ना इतने छोटे बच्चे बांधते हैं उन्होंने ज्यादा सर्दी लगती है इस वजह तो ए उन्हें खाद रखी है पैरी च पाने यूरिया खाद आओ कि लिया दरबार के थोड़ा जहा विखाया ठीक हजरत सैयद शाह मरदान आज तुम अगे आखिरी दरबार है इंडिया के बार्डर के उत्ते इतने बड़ी बड़ी दूरों लोग आते हैं देख मेला ठीक है उस तो बाद इन्होंने खानदान दिन है ना ਕਿਹੜੇ ਵੀ ਫੌਤ ਹੁੰਦੇ ਨੇ ਇਹ ਉੱਥੋਂ ਲਿਆ ਕੇ ਪਿੰਡੋਂ ਅਤੇ ਇੱਥੇ ਦਫਨਾਉਂਦੇ ਨੇ ਇਹ ਦੇਖੋ ਕਿੰਨੀਆਂ ਕਬਰਸਤਾਨਾਂ ਨੇ ਇਸ ਸਾਈਡ 'ਤੇ ਵੀ ਨੇ ਉਸ ਸਾਈਡ 'ਤੇ ਵੀ ਨੇ ਠੀਕ ਹੈ ਇੱਥੇ ਲਿਆ ਕੇ ਦਫਨਾਉਂਦੇ ਨੇ ਅਤੇ ਇੱਥੇ ਬਹੁਤ ਜ਼ਿਆਦਾ ਦਰਖਤ ਨੇ ਠੀਕ ਹੈ ਇੱਥੇ ਸਿਹਤ ਲੱਗਦਾ ਤੋਤੇ ਰਹਿੰਦੇ ਆ ਬੜੀਆਂ ਚੀਜ਼ਾਂ ਇੱਥੇ ਰਹਿੰਦੀਆਂ ਨੇ ਹਰੇ ਦੇ ਵਿੱਚੋਂ ਨੰਗਲੇ ਇੱਥੇ ਢੇਰ ਬਹੁਤ ਜ਼ਿਆਦਾ ਹੈ ਬਾਈਕ ਜਿਹੜੀ ਮੁਸ਼ਕਲ ਹੀ ਚੱਲਦੀ ਹੈ ਠੀਕ ਹੈ ਰੇਤ ਬਹੁਤ ਜ਼ਿਆਦਾ ਇੱਥੋਂ ਰੇਤ ਬੜੀ ਬੜੀ ਦੂਰ ਤੱਕ ਜਾਂਦੀ ਹੈ ਇੱਥੇ ਸਾਡੇ ਲਾਗੇ ਨਾਰਵਾਲ ਜ਼ਿਲ੍ਹਾ ਉੱਥੇ ਵੀ ਜਾਂਦੀ ਹੈ ਜ਼ਫਰਵਾਲ ਵੀ ਜਾਂਦੀ ਹੈ ਨਾਰੰਗ ਬੜੀ ਬੜੀ ਦੂਰ ਤੱਕ ਜਾਂਦੀ ਬੜੀ ਮੁਸ਼ਕਲ ਚੱਲਦੀ ਮੋਟਰਸਾਈਕਲ ਆ ਵੇਖੋ ਨਾ ਰੇਤ ਬਹੁਤ ਜ਼ਿਆਦਾ ਇਹ ਨਾ ਸਮਾਨ ਆਇਆ ਰੇਂਜ ਨਾਲੋਂ ਕਹਿੰਦਾ ਇਹ ਟਰੱਕ ਕੇ ਉੱਪਰ ਰਾਸ਼ਨ ਕੌਣ ਸਾ ਹੁੰਦਾ ਹੈ ਨਾ ਖਾਣੇ ਪੀਣੇ ਦਾ ਇਹ ਚੌਂਕੀਆਂ ਆ ਗਏ ਉੱਧਰ ਸਪਲਾਈ ਕਰੇਗਾ ਸਾਰੀਆਂ ਚੌਂਕੀਆਂ ਪੇ ਸਮਾਨ ਦੇਗਾ ਰਾਸ਼ਨ ਘੀ ਆਟਾ ਚਾਵਲ ਸਾਰਾ ਕੁਛ ਇਸ ਕੇ ਉੱਪਰ ਆਇਆ ਰੇਂਜਰ ਵਾਲੇ ਸਮਾਨ ਲੱਦਣ ਦੇ ਨੇ ਕਿਉਂਕਿ ਟਰੱਕ ਚੜਿਆ ਨਹੀਂ ਆ ਵੇਖੋ ਇੰਨਾ ਸਮਾਨ ਲੱਦਣ ਦੇ ਨੇ ਉੱਤੇ ਇਹ ਇੱਧਰ ਲਿਆਉਣਗੇ ਉਮੀਦ ਹੈ ਤੁਹਾਨੂੰ ਮੇਰਾ ਬਲੌਗ ਅੱਛਾ ਲੱਗਾ ਹੋਏਗਾ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ